ਅੱਤਵਾਦੀਆਂ ਨਾਲ ਸਬੰਧ ਰੱਖਣ ਵਾਲੇ ਰਣਜੀਤ ਸਿੰਘ ਨੂੰ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਗੌਰਤਲਬ ਹੈ ਕਿ ਕਾਬੂ ਕੀਤਾ ਗਿਆ ਦੋਸ਼ੀ ਪਿਛਲੇ 27 ਸਾਲਾਂ ਤੋਂ ਪੰਜਾਬ ਪੁਲਿਸ ਤੋਂ ਲੁਕ ਕੇ ਰਹਿ ਰਿਹਾ ਸੀ। ਰਣਜੀਤ ਸਿੰਘ ਜੀ, ਹੁਣ ਤੱਕ ਕਿਹੜੀਆਂ ਕਿਹੜੀਆਂ ਵਾਰਦਾਤਾਂ ਦੇ ਵਿੱਚ ਸ਼ਾਮਲ ਰਹੇ ਹੋ ਔਰ ਕਿੰਨੇ ਸਾਲ ਤੋਂ ਪੀਓ ਹੋਏ ਹੋਏ ਸੀ? ਦੇਖੋ ਜੀ, ਮੈਂ 1987 ਤੋਂ ਗੁਰਦੁਆਰਾ ਕੁਹਾੜ ਕਲਾਂ ਰਹਿੰਦਾ ਜੀ, ਅਤੇ 1988 'ਚ ਮੈਨੂੰ ਪੀਓ ਕਰਾ ਦਿੱਤਾ ਜੀ, ਅਤੇ 1993 ਤੋਂ ਫਿਰ ਮੈਂ ਯੂਪੀ ਚਲ ਗਿਆ ਸ਼ਾਲਾਪੁਰ ਜੀ, ਉੱਥੇ ਗ੍ਰੰਥ ਦੀ ਡਿਊਟੀ ਕਰਦਾ ਰਿਹਾ ਜੀ। 1997 ਵਿੱਚ ਸ਼ਾਹਕੋਟ ਪੁਲਿਸ ਨੇ ਮੈਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ। ਇਹ ਜੀ ਡਿਊਰਿੰਗ ਟੈਰਰਿਜ਼ਮ ਇਹਨਾਂ ਨੇ ਕਾਫੀ ਵਾਰਦਾਤਾਂ ਕੀਤੀਆਂ, ਪਹਿਲਾਂ KCF ਦੇ ਟੈਰਰਿਸਟ ਨਾਲ ਮਿਲ ਕੇ ਕੀਤੀਆਂ, ਫਿਰ ਬੱਬਰ ਖਾਲਸਾ ਵਾਲਿਆਂ ਨਾਲ ਵੀ ਜੁਆਇਨ ਕਰਕੇ ਜਿਹੜਾ ਪ੍ਰੈਜੈਂਟ ਮੋਹਾਲੀ ਡਿਸਟ੍ਰਿਕਟ ਹੈ ਉਸ ਏਰੀਆ ਦੇ ਵਿੱਚ ਵਾਰਦਾਤ ਕੀਤੀ ਇਹਨਾਂ ਨੇ। ਇਹਦੇ 'ਤੇ ਕੁੱਲ 5 ਮੁਕੱਦਮੇ ਦਰਜ ਨੇ ਜੀ, ਔਰ ਜਿਹਦੇ ਵਿੱਚ ਟਾਡਾ ਐਕਟ 3 ਮੁਕੱਦਮਿਆਂ ਦੇ ਵਿੱਚ ਲੱਗਾ ਹੋਇਆ ਇਹਨਾਂ ਦੇ ਉੱਤੇ। ਇਹ 27 ਸਾਲ ਤੋਂ ਸਾਡੇ ਫਗਵਾੜਾ ਸਦਰ ਥਾਣੇ ਦੇ PO ਸੀਗੇ, ਜਿਨ੍ਹਾਂ ਨੂੰ ਸਾਡੀ PO ਸਟਾਫ ਅਤੇ ਥਾਣੇ ਦੀ ਟੀਮ ਨੇ ਮਿਲ ਕੇ ਗ੍ਰਿਫਤਾਰ ਕੀਤਾ ਔਰ ਇਹਨਾਂ ਤੋਂ ਹੁਣ ਪੁੱਛਗਿੱਛ ਚੱਲ ਰਹੀ ਹੈ।